ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਹਾਂ। ਸੋ ਜਿਵੇਂ ਕਿ ਭੈਣਾਂ ਦੀ ਬਹੁਤ ਸਾਰੀ ਰਿਕੁਐਸਟ ਸੀ ਕਿ ਤੁਸੀਂ ਕਾਫੀ ਦਿਨ ਹੋ ਗਏ ਜੀ ਨਵੀਂ ਵੀਡੀਓ ਨਹੀਂ ਪਾ ਰਹੇ, ਨਵੇਂ ਡਿਜ਼ਾਈਨ ਨਹੀਂ ਪਾ ਰਹੇ, ਸੋ ਥੋੜ੍ਹਾ ਸ਼ਡਿਊਲ ਬਿਜ਼ੀ ਹੋਣ ਕਰਕੇ ਜੀ ਅਸੀਂ ਤੁਹਾਡੇ ਲਈ ਕੁਛ ਲੈ ਕੇ ਨਹੀਂ ਆਏ ਨਵਾਂ। ਸੋ ਹੁਣ ਆਪਾਂ ਜਿਹੜੇ ਸੂਟਸ ਬਣੇ ਹੈਗੇ ਆ ਜਾਂ ਸਮਰ ਲਈ ਅਸੀਂ ਸਪੈਸ਼ਲ ਸੂਟ ਬਣਾਏ ਹੈਗੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਜਿਨ੍ਹਾਂ ਨੇ ਵੀ ਸੂਟ ਬਣਾਉਣੇ ਆ ਜੀ ਉਹ ਆਪਣੇ ਆਰਡਰ ਦੇ ਵਿੱਚ ਵੀ ਐਡ ਔਨ ਕਰਵਾ ਸਕਦੇ ਹੋ। ਅਗਰ ਤੁਸੀਂ ਆਰਡਰ ਨਹੀਂ ਦਿੱਤਾ ਤਾਂ ਤੁਸੀਂ ਇਹ ਆ ਜਿਹੜੇ ਸੂਟ ਹੋਲਡ ਕਰਵਾ ਸਕਦੇ ਹੋ। ਸੋ ਅਗਰ ਇਹ ਜਿਹੜਾ ਤੁਸੀਂ ਕਈ ਵਾਰ ਕੀ ਹੁੰਦਾ ਕਿ ਘੇਰਾ ਲਾਉਣ ਦੀ ਪ੍ਰੋਬਲਮ ਆ ਜਾਂਦੀ ਹੈ, ਸੋ ਆਪਾਂ ਸੇਮ ਸੂਟ ਤੁਹਾਨੂੰ ਆਰਡਰ 'ਤੇ ਵੀ ਰੈਡੀ ਕਰ ਦਾਂਗੇ। ਸੋ ਇਹ ਸੀ ਜੀ ਆਪਣੇ ਬਹੁਤ ਹੀ ਪਿਆਰੇ ਜੀ ਅਸੀਂ ਸਮਰਿਸ਼ ਜਿਹੜੇ ਪੇਸਟਲ ਸ਼ੇਡ ਦੇ ਜਿਹੜੇ ਸੂਟ ਲੈ ਕੇ ਆਏ ਹਾਂ। ਜਿਵੇਂ ਕਿ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਸਮਰਸ ਦੇ ਵਿੱਚ ਤਾਂ ਆਲਰੇਡੀ ਜਿਹੜਾ ਲਾਈਟ ਸ਼ੇਡ ਜ਼ਿਆਦਾ ਚੱਲਦੇ ਹੈਗੇ ਆ, ਸੋ ਲਾਈਟ ਸ਼ੇਡ 'ਤੇ ਹਮੇਸ਼ਾ ਜਿਹੜਾ ਵਰਕ ਹੁੰਦਾ ਜੀ ਉਹ ਵਧੀਆ ਹੀ ਹੁੰਦਾ, ਕਿਉਂਕਿ ਇਹਦੇ ਪਰਸਨਲੀ ਮੇਰਾ ਫੇਵਰੇਟ ਸ਼ੇਡ ਸਕਿਨ ਕਰੀਮ ਹੈਗਾ ਜੀ, ਔਰ ਇਹਦੇ 'ਤੇ ਤੁਸੀਂ ਕੋਈ ਵੀ ਡਿਜ਼ਾਇਨ ਬਣਾਓ ਤਾਂ ਮੈਨੂੰ ਬਹੁਤ ਹੀ ਪਿਆਰਾ ਲੱਗਦਾ। ਸੋ ਉਹਦੇ ਅਕੋਰਡਿੰਗ ਆ ਜਿਹੜਾ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ। ਇਹ ਦੇਖੋ ਇਹ ਹੈਗਾ ਜੀ ਕਰੀਮ ਕਲਰ ਦੇ ਉੱਪਰ ਆ, ਮਸ਼ੀਨ ਇੰਬਰਾਇਡਰੀ ਆ, ਬਹੁਤ ਹੀ ਅਸੀਂ ਜਿਹੜੇ ਇੰਬਰਾਇਡਰੀ ਦੇ ਸ਼ੇਡ ਹੈਗੇ ਆ ਡਾਰਕ ਲਏ ਹੋਏ ਆ। ਸੋ ਕਲਰ ਕੰਬੀਨੇਸ਼ਨ ਦੇ ਅਕੋਰਡਿੰਗ ਜਿਵੇਂ ਕਰੀਮ ਦੇ ਉੱਪਰ ਬਹੁਤ ਹੀ ਸੋਹਣਾ ਜੱਚ ਰਿਹਾ, ਇਹ ਦੇਖ ਸਕਦੇ ਹੋ ਤੁਸੀਂ। ਔਰ ਇਹਦੇ ਨੀਚੇ ਆ ਜਿਵੇਂ ਸਿੰਗਲ ਟਾਂਕੇ ਦਾ ਕੰਮ ਕੀਤਾ ਹੋਇਆ ਜੀ, ਵਿੱਚ ਬੂਟੀ ਹੈ, ਉੱਪਰ ਤੱਕ ਫਲਾਰ ਹੈਗਾ। ਸੋ ਇਹ ਬਹੁਤ ਹੀ ਪਿਆਰਾ ਜਿਹਾ ਕੰਸੈਪਟ ਹੈ, ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬੂਟੀ ਹੈਗੀ ਹੈ। ਔਰ ਬਹੁਤ ਹੀ ਵਧੀਆ ਫਾਈਨ ਵਾਲੀ ਜੋਰਜਟ 'ਤੇ ਇਹ ਬਣਿਆ ਹੋਇਆ ਸੂਟ ਹੈ ਜੀ। ਸੋ ਇਹ ਬਹੁਤ ਹੀ ਡਿਫਰੈਂਟ ਕਲਰ ਦਾ, ਇਹਦੇ ਨਾਲ ਤੁਸੀਂ ਜਿਹੜਾ ਦੁਪੱਟਾ ਕਰਨਾ ਪਿਓਰ ਕੋਟਾ ਵੀ ਕਰ ਸਕਦੇ ਹੋ, ਸੁਪਰ ਨੈੱਟ ਵੀ ਕਰ ਸਕਦੇ ਹੋ, ਅਤੇ ਉਹਦੇ ਵਿੱਚ ਆਪਾਂ ਜਿਹੜੇ ਇਹਦੇ ਨਾਲ ਜਿਹੜੇ ਕਲਰ ਹੈਗੇ ਆ ਕਰੀਮ ਦੁਪੱਟੇ ਦੇ ਵਿੱਚ ਸਾਰੇ ਕਲਰ ਆ ਜਾਣਗੇ ਅਤੇ ਬਹੁਤ ਹੀ ਪਿਆਰੀ ਲੁੱਕ ਆਏਗੀ। ਸੋ ਇਹਦੇ ਬਾਜੂ 'ਤੇ ਵੀ ਸੇਮ ਡਿਜ਼ਾਇਨ ਹੈ ਜੀ। ਸੋ ਬਹੁਤ ਹੀ ਘੇਰੇ ਵਾਲਾ ਸੇਮ ਡਿਜ਼ਾਇਨ ਹੈ, ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਹੈ ਜੀ ਇਹ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਸਾਰਿਆਂ ਤੋਂ ਬਿਲਕੁਲ ਅਲੱਗ ਆ ਜਿਹੜਾ ਡਿਫਰੈਂਟ ਟੇਸਟ ਹੈ। ਸੋ ਆਪਾਂ ਨੂੰ ਕੰਪਲੀਮੈਂਟਸ ਵੀ ਬਹੁਤ ਆਉਂਦੇ ਆ ਕਿ ਤੁਹਾਡੇ ਜਿਹੜੇ ਸੂਟ ਆ ਸਾਰਿਆਂ ਨਾਲ ਡਿਫਰੈਂਟ ਹੁੰਦੇ ਆ। ਸੋ ਕਾਪੀ ਵੀ ਬਹੁਤ ਹੁੰਦੇ ਆ ਪਰ ਉਹ ਗੱਲ ਨਹੀਂ ਬਣਦੀ, ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕੁਛ ਅਲੱਗ ਦੇਣ ਦੀ ਕੋਸ਼ਿਸ਼ ਕਰੀਏ ਔਰ ਕਿਸੇ ਦੀ ਕਾਪੀ ਆਪਾਂ ਨਾ ਕਰੀਏ। ਸੋ ਆਪਣਾ ਇਹ ਨਹੀਂ ਹੈਗਾ ਜੀ, ਤੁਸੀਂ ਆਪਣਾ ਕੋਈ ਵੀ ਹੈ, ਅਗਰ ਕੋਈ ਬੁਟੀਕ ਵਾਲੇ ਵੀ ਹੈਗੇ ਆ ਤਾਂ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਕੋਈ ਵੀ ਸੂਟ ਹੈ ਡਿਜ਼ਾਇਨ ਹੈ ਤੁਸੀਂ ਉਹ ਤੋਂ ਜਸਟ ਆਈਡੀਆ ਲੈ ਸਕਦੇ ਹੋ, ਉਹਨੂੰ ਥੋੜ੍ਹਾ ਚੇਂਜ ਕਰਕੇ ਤੁਸੀਂ ਬਣਾਓ, ਹੈ ਨਾ। ਕਿਉਂਕਿ ਜਦੋਂ ਤੁਸੀਂ ਉਹਨੂੰ ਸੇਮ ਬਣਾਉਂਦੇ ਆ ਤਾਂ ਉਹਨਾਂ ਨੂੰ ਜਿਹੜੇ ਕਸਟਮਰਸ ਹੁੰਦੇ ਆ ਉਹਨਾਂ ਨੂੰ ਵੀ ਪਤਾ ਚੱਲ ਜਾਂਦਾ ਕਿ ਫਲਾਨੇ ਡਿਜ਼ਾਇਨ ਦੀ ਜਿਹੜੀ ਕਾਪੀ ਚੱਲ ਰਹੀ ਹੈ, ਅਤੇ ਕਾਪੀ ਦੇ ਵਿੱਚ ਹਮੇਸ਼ਾ ਫਰਕ ਹੁੰਦਾ। ਕਿਉਂਕਿ ਅਸੀਂ ਵੀ ਅਗਰ ਕਿਸੇ ਦੀ ਕਾਪੀ ਕਰਾਂਗੇ ਤਾਂ ਉਹਦੇ 'ਚ ਫਰਕ ਪਤਾ ਲੱਗੂਗਾ, ਕਿਉਂਕਿ ਅਗਰ ਤੁਸੀਂ ਉਹ ਤੋਂ ਆਈਡੀਆ ਲੈ ਕੇ ਕੁਛ ਵੱਖਰਾ ਬਣਾਉਂਦੇ ਆ ਤਾਂ ਉਹ ਤੁਹਾਡੀ ਜਿਹੜੀ ਕਾਰਾਗਰੀ ਹੈ ਕਿ ਤੁਸੀਂ ਹੁਣ ਕਿਸ ਤਰ੍ਹਾਂ ਸੂਟ ਜਿਹੜਾ ਬਣਾਉਂਦੇ ਹੋ। ਸੋ ਇਹਦੇ ਵਿੱਚ ਹੈ ਜੀ ਇਹ ਆਪਣਾ ਓਨਲੀ ਬਾਜੂ ਦਾ ਡਿਜ਼ਾਇਨ ਹੈ, ਸੋ ਬਹੁਤ ਹੀ ਪਿਆਰਾ ਇਹ ਵੀ ਡਿਜ਼ਾਇਨ ਹੈ, ਦੇਖ ਸਕਦੇ ਹੋ ਤੁਸੀਂ ਇਸ ਬਹੁਤ ਹੀ ਸ਼ੇਡਿਡ ਲਾ ਕੇ ਵਰਕ ਕੀਤਾ ਹੋਇਆ। ਇਹ ਬਾਜੂ 'ਤੇ ਆਊਗਾ ਜੀ, ਸ਼ਰਟ ਅਤੇ ਫਰੰਟ ਦੇ ਉੱਪਰ ਆਪਾਂ ਪਿੰਟੈਕਸ ਨਹੀਂ ਪਾਏ ਹੋਏ, ਆਪਾਂ ਪਿੰਟੈਕਸ ਪਾਵਾਂਗੇ। ਇਹ ਓਨਲੀ ਬਾਜੂ ਹੈ, ਸ਼ਰਟ ਪੀਸ ਆ, ਇਹ ਬਾਜੂ ਬਣੂੰਗਾ। ਅਸੀਂ ਇਹਨੂੰ ਵੀ ਥੋੜ੍ਹਾ ਡਿਫਰੈਂਟ ਕ੍ਰੀਏਟ ਕੀਤਾ ਹੈਗਾ,
ਇਸ ਤਰ੍ਹਾਂ ਇਹ ਬਾਜੂ ਹੈਗੇ ਆ, ਦੋਨੇ ਸ਼ਰਟਸ ਦੇ ਬਾਜੂ ਬਣਨਗੇ। ਜਿਹੜਾ ਸ਼ਰਟ ਹੈਗਾ ਉਹ ਬਿਲਕੁਲ ਪਲੇਨ ਆਊਗਾ, ਉਹਦੇ ਵਿੱਚ ਓਨਲੀ ਪਿਨ ਟੈਕਸ ਹੋਣਗੇ, ਔਰ ਜਿਹੜਾ ਉਹਦੇ ਨੀਚੇ ਪਲਾਜ਼ੋ ਹੋਊਗਾ ਸੋ ਉਹਦੇ 'ਤੇ ਇਹ ਵਰਕ ਹੋਊਗਾ। ਸੋ ਇਹ ਜਿਹੜਾ ਕਲਰ ਕੰਬੀਨੇਸ਼ਨ ਜਦੋਂ ਇਹ ਦੁਪੱਟਾ ਸੂਟ ਆ ਜਿਹੜਾ ਬਣੂਗਾ, ਸੋ ਉਹਦੇ ਨਾਲ ਬਹੁਤ ਹੀ ਪਿਆਰਾ ਜਿਹੜੀ ਲੁੱਕ ਆਊਗੀ। ਕਿਉਂਕਿ ਅਗਰ ਤੁਸੀਂ ਬਾਜੂ ਹੈਵੀ ਕਰਦੇ ਹੋ ਜਾਂ ਕੋਈ ਵੀ ਕੰਸੈਪਟ ਨਵਾਂ ਕਰਨਾ ਤਾਂ ਕੋਈ ਵੀ ਡਿਜ਼ਾਇਨ ਤੁਸੀਂ ਪੁਰਾਣਾ ਲੈ ਕੇ ਉਹ ਨਵੇਂ ਦੇ ਅਕੋਰਡਿੰਗ ਆ ਜਿਹੜਾ ਕਰ ਸਕਦੇ ਹੋ। ਸੋ ਇਹ ਡਿਜ਼ਾਇਨ ਵੀ ਬਹੁਤ ਹੀ ਪਿਆਰਾ ਬਣਦਾ, ਇਹ ਪਲਾਜ਼ੋ 'ਤੇ ਹੀ ਜਾਂ ਸਲਵਾਰ 'ਤੇ ਆਏਗਾ, ਇਹ ਓਨਲੀ ਬਾਜੂ 'ਤੇ, ਔਰ ਸ਼ਰਟ 'ਤੇ ਓਨਲੀ ਪਿੰਟੈਕਸ, ਅਤੇ ਇਹਦੇ ਨਾਲ ਵੀ ਬਹੁਤ ਹੀ ਪਿਆਰਾ ਜਿਹਾ ਕਲਰਫੁੱਲ ਜਿਹੜਾ ਦੁਪੱਟਾ ਕਰਕੇ ਤੁਸੀਂ ਇਹਨੂੰ ਲੈ ਸਕਦੇ ਹੋ, ਬਣਵਾ ਸਕਦੇ ਹੋ। ਸੋ ਨੈਕਸਟ ਹੈਗਾ ਜੀ ਟਾਈ ਡਾਈ ਸ਼ਰਟ ਦੁਪੱਟਾ, ਸੋ ਗੋਲਡਨ ਵਰਕ ਦੇ ਨਾਲ, ਕਿਉਂਕਿ ਸਾਰਿਆਂ ਦਾ ਜਿਹੜਾ ਇਹ ਕੋਸ਼ਿਸ਼ ਹੁੰਦੀ ਹੈ। ਸੋ ਇਹ ਪ੍ਰੈਸ ਕਰਨ ਵਾਲਾ ਸੂਟ ਹੈ, ਤੁਸੀਂ ਦੇਖ ਸਕਦੇ ਹੋ, ਕਿਉਂਕਿ ਕਾਫੀ ਬਿਜ਼ੀ ਸ਼ਡਿਊਲ ਹੋਣ ਕਰਕੇ ਜੀ ਸਾਡਾ ਥੋੜ੍ਹਾ ਜਿਹਾ ਕੰਮ ਅਪਸੈਟ ਹੋਇਆ ਹੋਇਆ, ਸੋ ਉਹਨੂੰ ਅਸੀਂ ਲਾਈਨ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਦੇਖੋ ਇਹ ਹੈਗਾ ਜੀ ਗੋਲਡਨ ਵਰਕ ਹੈ, ਉੱਪਰ ਤੱਕ ਇਹਦੇ ਜਿਹੜੇ ਲਾਈਨਸ ਹੈ ਸ਼ਰਟ ਤੋਂ ਪੈਨਲ ਬਣਦਾ ਹੈਗਾ, ਡਬਲ ਡਾਈ ਹੈ, ਔਰ ਇਹਦਾ ਜਿਹੜਾ ਬਾਜੂ ਹੈਗਾ ਉਹ ਵੀ ਇਸ ਤਰ੍ਹਾਂ ਦੀ ਹੈ ਬਾਜੂ। ਸੋ ਔਰ ਬੋਟਮ 'ਤੇ ਵੀ ਸਟਰੇਟ ਸਲਵਾਰ ਦੇ ਅਕੋਰਡਿੰਗ ਬੋਟਮ 'ਤੇ ਵੀ ਇਹ ਵਰਕ ਆਏਗਾ। ਸੋ ਤੁਸੀਂ ਇਹ ਡਬਲ ਡਾਈ ਦੁਪੱਟੇ ਨਾਲ ਬਹੁਤ ਹੀ ਸੋਹਣਾ ਇਹ ਸੂਟ ਲੱਗਣਾ, ਕਿਉਂਕਿ ਇਹਦਾ ਆਲਰੇਡੀ ਜਿਹੜਾ ਕੰਬੀਨੇਸ਼ਨ ਆ ਬਹੁਤ ਹੀ ਪਿਆਰਾ ਹੈਗਾ। ਸੋ ਤੁਸੀਂ ਇਹ ਸੂਟ ਆ ਜਿਹੜੇ ਹੋਲਡ ਕਰਵਾ ਸਕਦੇ ਹੋ, ਇਹਨਾਂ ਨੂੰ ਐਕਸਟਰਾ ਅਗਰ ਕਿਸੇ ਕਲਰ ਕੰਬੀਨੇਸ਼ਨ 'ਤੇ ਤੁਹਾਡਾ ਤੁਸੀਂ ਆਫ ਵਾਈਟ ਨਹੀਂ ਵੀਅਰ ਕਰਦੇ ਜਾਂ ਥੋੜ੍ਹਾ ਡਿਫਰੈਂਟ ਇਹਨੂੰ ਕਰਨ ਦੀ ਚਾਹੁੰਦੇ ਹੋ ਜਾਂ ਥੋੜ੍ਹੀ ਲਾਈਟ ਸ਼ੇਡ 'ਤੇ ਜਾਣਾ ਚਾਹੁੰਦੇ ਹੋ, ਸੋ ਤੁਸੀਂ ਉਹ ਵੀ ਕਰ ਸਕਦੇ ਹੋ ਜੀ। ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਇਨਿੰਗ ਸ਼ੇਅਰ ਕਰਦੇ ਰਹਾਂਗੇ, ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਔਡਰ ਕਰਨ ਲਈ ਜੀ ਸੇਮ ਪ੍ਰੋਸੀਜਰ ਹੈਗਾ 7589231377 'ਤੇ ਤੁਸੀਂ ਸਕਰੀਨਸ਼ੋਟ ਭੇਜ ਕੇ ਆਪਣਾ ਜਿਹੜਾ ਹੋਲਡ ਕਰਵਾ ਸਕਦੇ ਹੋ। ਤੁਸੀਂ ਕਾਲਸ ਕਾਫੀ ਆਉਂਦੀਆਂ ਕਿ ਤੁਸੀਂ ਕਾਲ ਦਾ ਜਵਾਬ ਨਹੀਂ ਦਿੰਦੇ ਜੀ, ਅਸੀਂ ਮੈਸੇਜ ਦਾ ਹਰ ਇੱਕ ਤਾਂ ਰਿਪਲਾਈ ਦਿੰਦੇ ਹਾਂ, ਜੇ ਅੱਜ ਨਾ ਹੋਊਗਾ ਤਾਂ ਤੁਹਾਨੂੰ ਕੱਲ੍ਹ ਜ਼ਰੂਰ ਦੇਵਾਂਗੇ। ਸੋ ਕਾਲਸ ਆ ਜਿਹੜੀਆਂ ਅਟੈਂਡ ਨਹੀਂ ਹੁੰਦੀਆਂ ਕਿਉਂਕਿ ਅਸੀਂ ਸਾਰਾ ਦਿਨ ਸਾਡਾ ਜਿਹੜਾ ਸ਼ਡਿਊਲ ਹੈਗਾ ਬਹੁਤ ਜ਼ਿਆਦਾ ਬਿਜ਼ੀ ਹੈ। ਔਰ ਕਈ ਭੈਣਾਂ ਦੀ ਇਹ ਕੁਸ਼ਚਨ ਹੁੰਦਾ ਕਿ ਜੀ ਅਗਰ ਤੁਸੀਂ ਕਾਲਸ ਹੀ ਨਹੀਂ ਅਟੈਂਡ ਕਰੋਗੇ, ਤੁਸੀਂ ਗੱਲ ਹੀ ਨਹੀਂ ਕਰੋਗੇ ਤਾਂ ਤੁਸੀਂ ਔਡਰ ਕਿਵੇਂ ਕੰਪਲੀਟ ਕਰੋਗੇ ਜੀ? ਤੁਸੀਂ ਪਹਿਲਾਂ ਵਟਸਐਪ 'ਤੇ ਜੀ ਸਾਰਾ ਔਡਰ ਸਾਨੂੰ ਦੱਸੋਗੇ ਵੀ ਆਹ ਸੂਟ ਹੈ ਅਤੇ ਅਸੀਂ ਇਹਦੇ ਬਾਰੇ ਗੱਲ ਕਰਨੀ ਹੈ, ਫਿਰ ਆਪਾਂ ਤੁਹਾਡੇ ਨਾਲ ਬੈਠ ਕੇ ਇੱਕ ਇੱਕ ਸੂਟ ਦਾ ਇੱਕ ਇੱਕ ਜਿਹੜਾ ਚੀਜ਼ ਲਿਖਦੇ ਹੈਗੇ ਹਾਂ ਕਿ ਇਹਦੇ ਨਾਲ ਤੁਹਾਨੂੰ ਇਹ ਦੁਪੱਟਾ ਚਾਹੀਦਾ, ਇਹ ਵਰਕ ਚਾਹੀਦਾ, ਇਹ ਸਟੱਫ ਚਾਹੀਦਾ, ਇਹ ਕਲਰ ਚਾਹੀਦਾ, ਸੋ ਸਾਰਾ ਕੁਝ ਲਿਖ ਕੇ ਆਪਾਂ ਉਹਦੇ ਵਿੱਚ ਬੋਟਮ ਸਟਿਚਿੰਗ 'ਚ ਤੁਹਾਨੂੰ ਕੀ ਚਾਹੀਦਾ ਉਹ ਇੱਕ ਇੱਕ ਚੀਜ਼ ਨੋਟ ਕਰਦੇ ਹਾਂ ਜੀ। ਉਸ ਤੋਂ ਬਾਅਦ ਆਪਾਂ ਤੁਹਾਡਾ ਔਡਰ ਸਟਾਰਟ ਕਰਦੇ ਹਾਂ। ਸਾਨੂੰ ਕੋਈ ਲੱਗਦਾ ਹੈ ਕਿ ਤੁਹਾਡੇ ਸੂਟ ਦੇ ਵਿੱਚ ਕੋਈ ਕਮੀ ਹੈ ਜਾਂ ਕੁਛ ਮੈਜ਼ਰਮੈਂਟ ਦੇ ਵਿੱਚ ਕੁਛ ਇੱਧਰ ਉੱਧਰ ਹੈਗਾ, ਸੋ ਅਸੀਂ ਆਪੇ ਤੁਹਾਨੂੰ ਮੈਸੇਜ ਲਾਵਾਂਗੇ। ਅਗਰ ਤੁਹਾਨੂੰ ਕੁਛ ਵਿੱਚ ਵਿਚਾਲੇ ਯਾਦ ਆ ਜਾਂਦਾ ਹੈ ਕਿ ਮੈਂ ਇਹ ਸੂਟ ਦਾ ਇਹ ਬਣਵਾਉਣਾ ਹੈਗਾ, ਤੁਸੀਂ ਵਟਸਐਪ ਮੈਸੇਜ ਛੱਡੋ, ਕਿਉਂਕਿ ਅਸੀਂ ਹਰ ਇੱਕ ਔਡਰ ਨੂੰ ਚੱਕਣ ਤੋਂ ਪਹਿਲਾਂ ਜਿਹੜਾ ਵਟਸਐਪ ਜ਼ਰੂਰ ਚੈੱਕ ਕਰਦੇ ਹਾਂ ਕਿ ਉਹਨਾਂ ਨੇ ਸੈਕਿੰਡ 'ਤੇ ਕੋਈ ਇਹਦੇ ਵਿੱਚ ਚੇਂਜਿਸ ਤਾਂ ਨਹੀਂ ਕਰਵਾਏ ਹੈਗੇ, ਕਿਉਂਕਿ ਔਡਰ ਹੈ ਜੀ ਸਾਰੇ ਕੋਲ ਕਾਫੀ ਔਡਰਸ ਹੈਗੇ ਆ, ਅਤੇ ਅਸੀਂ ਇੱਕ ਟਾਈਮ 'ਤੇ ਪੰਜ ਪੰਜ ਛੇ ਛੇ ਔਡਰ ਆ ਜਿਹੜੇ ਚੱਕੇ ਹੋਏ ਹੁੰਦੇ ਹੈਗੇ ਆ, ਅਤੇ ਸਾਡੇ ਕੋਲ 2 ਮਹੀਨੇ ਜਾਂ ਮਹੀਨਾ ਜਿਵੇਂ ਵੀ ਔਡਰ ਦੇ ਸੂਟਸ ਹੈਗੇ ਆ ਉਹਦੇ ਅਕੋਰਡਿੰਗ ਟਾਈਮਿੰਗ ਹੁੰਦੀ ਹੈ। ਸੋ ਸਾਰਿਆਂ ਦੇ ਨਾਮ ਸੇਮ ਹੁੰਦੇ ਆ, ਸੋ ਸਾਨੂੰ ਕੁਛ ਨਹੀਂ ਪਤਾ ਚੱਲਦਾ ਕਿ ਕਿੰਨਾ ਦਾ ਫੋਨ ਕਾਲ ਆ ਰਹੀ ਹੈ, ਇਹਨਾਂ ਦਾ ਔਡਰ ਸਟਾਰਟ ਹੋਇਆ ਜਾਂ ਅਸੀਂ ਸਟਾਰਟ ਕਰਨਾ ਹੈਗਾ, ਜਾਂ
ਇਹਨਾਂ ਨੇ ਕੀ ਆਰਡਰ ਕੀਤਾ ਹੈਗਾ। ਅਗਰ ਤੁਸੀਂ ਫੋਨ ਕਰਦੇ ਹੋ ਮੈਂ ਤੁਹਾਨੂੰ ਫੋਨ ਚੱਕ ਲੈਂਦੀ ਹਾਂ, ਤੁਸੀਂ ਆਪਦੇ ਸੂਟ ਬਾਰੇ ਗੱਲ ਕਰੋਗੇ, ਸੋ ਸਾਨੂੰ ਅੱਗੇ ਤੋਂ ਇਹ ਨਹੀਂ ਪਤਾ ਚੱਲੇਗਾ ਕਿ ਤੁਹਾਡਾ ਕਿਹੜਾ ਸੂਟ ਸੀ, ਜਾਂ ਮੈਂ ਤੁਹਾਨੂੰ ਚਾਰ ਕੁਸ਼ਚਨ ਪੁੱਛੂੰਗੀ, ਤੁਹਾਡਾ ਵੀ ਟਾਈਮ ਵੇਸਟ ਹੋਊਗਾ, ਮੇਰਾ ਵੀ ਟਾਈਮ ਵੇਸਟ ਹੋਊਗਾ। ਸੋ ਵਟਸਐਪ 'ਤੇ ਤੁਸੀਂ ਫੋਟੋ ਭੇਜੀ ਹੁੰਦੀ ਹੈ, ਸਾਰਾ ਕੁਝ ਦੱਸਿਆ ਹੁੰਦਾ, ਉਹਦੇ 'ਚ ਤੁਸੀਂ ਮੈਸੇਜ ਛੱਡੋ, ਵੋਇਸ ਮੈਸੇਜ ਛੱਡੋ, ਉਹ ਅਸੀਂ ਜ਼ਰੂਰ ਚੈੱਕ ਕਰਾਂਗੇ। ਸੋ ਜੀ ਇਹ ਸੀ ਕੁਝ ਗੱਲਾਂ, ਔਰ ਉਮੀਦ ਕਰਦੀ ਹਾਂ ਤੁਹਾਨੂੰ ਇਹ ਸੂਟ ਆ ਜਿਹੜੇ ਜ਼ਰੂਰ ਪਸੰਦ ਆਏ ਹੋਣਗੇ, ਬਹੁਤ ਹੀ ਪੇਸਟਰ ਪੇਸਟਰ ਸ਼ੇਡ ਦੇ ਜਿਹੜੇ ਸੂਟਸ ਹੈਗੇ ਆ, ਸੋ ਸਾਰਿਆਂ ਨੂੰ ਪਸੰਦ ਆਉਂਦੇ ਆ ਇਸ ਤਰ੍ਹਾਂ ਦੇ ਸ਼ੇਡਸ। ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਹਾਂਗੇ, ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ, ਵੀਡੀਓ ਕਾ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।